ਸਲਾਮ ਅਲੈਕੁਮ। ਵਾਲੇਕੁਮ ਅਸਲਾਮ ਸਰ, ਕੀ ਨਾਮ ਆ ਆਪਣਾ? ਨੌਸ਼ੇਰ ਖਾਨ। ਕਿਹੜੀ ਜਗ੍ਹਾ ਤੋਂ ਆਏ ਨੇ? ਅਸੀਂ ਜੀ ਇੱਥੋਂ ਲੁੱਡਣ ਮੰਡੀ ਦੇ ਨਾਲ ਹੀ ਕਰੀਮ। ਅੱਛਾ, ਯਾਨੀ ਕਿ ਇਸੇ ਮੁਕਾਮੀ ਹੋ ਤੁਸੀਂ? ਅੱਛਾ, ਤੇ ਇਹ ਕੱਟੇ ਲੈ ਗਏ ਨਾ? ਕੱਟੀਆਂ ਕੱਟੀਆਂ ਨੇ, ਸਾਰੀਆਂ ਮਾਦੀਆਂ ਨੇ? ਸਾਰੀਆਂ ਮਾਦੀਆਂ ਸਰ। ਅੱਛਾ, ਬਾਹਰੋਂ ਫਿਰ ਕੇ ਖਰੀਦੀਆਂ ਹੋਈਆਂ ਨੇ? ਜੀ। ਕਿੰਨਾ ਜਾਨਵਰ ਲੈ ਕੇ ਆਏ? ਤਕਰੀਬਨ ਹੈ ਗਏ 12-13। ਅੱਛਾ, 12। ਕੋਈ ਵਿਕਿਆ ਕਿ ਨਹੀਂ ਹਜੇ? ਨਹੀਂ, ਅਜੇ ਤੱਕ ਕੋਈ ਨਹੀਂ ਵਿਕਿਆ। ਹੈ? ਅਜੇ ਤੱਕ ਕੋਈ ਨਹੀਂ ਵਿਕਿਆ ਸਰ। ਅੱਛਾ, ਇਸ ਜਾਨਵਰ ਦਾ ਕੀ ਮੰਗ ਰਹੇ ਹੋ? ਸਾਹਮਣੇ ਜਿਹਾ ਚਿੱਟੀ ਕਰਨੀ ਪਈ ਹੈ ਜਿਹਦੇ ਗਲ 'ਚ। ਇਹਦਾ ਜੀ ਇਸ ਦਾ 26,000 ਰੁਪਇਆ ਮੰਗ ਰਹੇ ਹਾਂ, ਇਸ ਕੱਟੀ ਦਾ। ਹਾਂਜੀ। ਅੱਛਾ, 26,000 ਰੁਪਇਆ। ਇਹਦੀ ਉਮਰ ਕਿੰਨੀ ਹੈ, ਕੋਈ ਅੰਦਾਜ਼ਾ ਹੈ? ਉਮਰ ਤਕਰੀਬਨ ਹੈ 1 ਸਾਲ ਇੱਕ ਤਾਂ ਹੋਣੀ ਹੈ। 1 ਸਾਲ? ਅਤੇ ਇਹ ਬਾਕੀ ਤਕਰੀਬਨ ਕਿੰਨੀ ਮਹਿੰਗੀ ਕਿਹੜੀ ਹੈ ਸਰ ਤੁਹਾਡੇ ਕੋਲ? ਕਿੱਡੀ? ਕੋਈ 23,000 ਦੀ ਹੈ, ਕੋਈ 24 ਦੀ ਹੈ, ਕੋਈ 25 ਦੀ ਹੈ। ਮਤਲਬ ਵਜ਼ਨ ਦੇ ਹਿਸਾਬ ਨਾਲ? ਹਾਂ, ਵਜ਼ਨ ਦੇ ਹਿਸਾਬ ਨਾਲ ਵੀ ਨਹੀਂ, ਨਸਲ ਦੇ ਹਿਸਾਬ ਨਾਲ ਵੀ। ਨਸਲ ਇਹ ਨਸਲ ਕਿਹੜੀ ਹੈ ਵੈਸੇ? ਇਹ ਦਰਿਆ ਨੀਲੀ ਦੀਆਂ। ਨੀਲੀ ਰਵੀ ਦੀਆਂ ਸਾਰੀਆਂ? ਹਾਂ, ਜ਼ਿਆਦਾ ਨੀਲੀ ਦੀਆਂ ਨੇ। ਅੱਛਾ, ਜ਼ਿਆਦਾ ਨੀਲੀ ਦੀਆਂ ਨੇ। ਅੱਛਾ, ਆਪਣਾ ਨੰਬਰ ਦੇਣਾ ਚਾਹੁੰਦੇ ਹੋ? ਤੁਹਾਨੂੰ ਕੋਈ ਮਾਲ ਅਗਰ ਕੋਈ ਲੈਣਾ ਚਾਹੇ ਤੇ? ਜੀ ਲੈ ਜਾਓ, ਨੰਬਰ ਲਿਖ ਲਓ। ਨੰਬਰ ਜੀ, ਨੰਬਰ ਬੋਲੋ। 0304-2466-633। ਸਹੀ, ਚਲੋ ਠੀਕ ਹੋ ਗਿਆ, ਸ਼ੁਕਰੀਆ ਸਰ। ਆਪਣੇ ਦੋ ਇਹ ਉਹਨਾਂ ਦੇ ਇਹ ਦੋਸਤੋ, ਇੱਕ ਹੋਰ ਜਗ੍ਹਾ ਤੇ ਆਏ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਕੀ ਰੇਟ ਸ਼ੇਅਰ ਨੇ। ਅਸਲਾਮ ਅਲੈਕੁਮ ਸਰ। ਵਾਲੇਕੁਮ ਸਲਾਮ ਸਰ, ਕੀ ਨਾਮ ਆਪਣਾ? ਸ਼ਹਿਰਯਾਰ। ਇਹ ਉੱਚੀ ਬੋਲੋ ਨਾਲ ਨਜ਼ਦੀਕ। ਸ਼ਹਿਰਯਾਰ। ਅੱਛਾ, ਸ਼ਹਿਰਯਾਰ। ਕਿੰਨਾ ਜਾਨਵਰ ਲੈ ਕੇ ਆਏ ਨੇ? ਜਾਨਵਰ ਤਾਂ ਗੱਡੀ ਪੂਰੀ ਭਰ ਗਿਆ, ਇੱਥੇ ਫਿਲਹਾਲ 4 ਖਲੋ ਦੇ ਨਾਲੇ। ਅੱਛਾ, ਇੱਥੇ ਆ 4 ਜਾਨਵਰ ਖੜੇ ਨੇ? ਕਿਹੜੀ ਜਗ੍ਹਾ ਤੋਂ ਲੈ ਕੇ ਆਏ? ਬਾਵਲਪੁਰ। ਅੱਛਾ, ਬਾਵਲਪੁਰ ਮੰਡੀ ਬੜੀ ਵੱਡੀ ਲੱਗਦੀ ਜੀ, ਉੱਥੋਂ ਗਲੇ ਇੱਥੇ ਲੈ ਕੇ ਆਉਣੇ ਪੈਂਦੇ। ਅੱਛਾ, ਉੱਥੋਂ ਇੱਥੇ ਲੈ ਕੇ ਆਏ ਜੀ। ਕਿਹੜੀ ਨਸਲ ਆ? ਇਹ ਮਿੱਠੇ ਖੀਰਾ ਦੀ ਬੁਰੀ ਛੋਟੀ ਹੈ। ਮਿੱਠੇ ਖੀਰਾ ਦੀ ਬੁਰੀ ਛੋਟੀ। ਸਹੀ। ਇਹ ਜਿਹੜੀ ਕਾਲੇ ਰੰਗ ਦੀ ਛੋਟੀ ਹੈ ਉਹ ਨੀਲਮ ਦੀ? ਨੀਲੀ ਰਵੀ ਜੀ, ਨੀਲਮ ਦੀ। ਇਹਦਾ ਕੀ ਮੰਗ ਰਹੇ ਹੈ? ਇਹਦਾ ਮੰਗ ਰਹੇ ਹੈ 40। 40,000 ਜੀ। ਉਮਰ ਕਿੰਨੀ ਮੇਰੀ? ਇਹਦੀ ਇਹਦੀ ਇਹ ਮੰਡੀ 'ਚ ਲੈ ਕੇ ਉਮਰ ਦੇ ਹਿਸਾਬ ਨਾਲ ਇਹਦਾ ਬੱਚੀ ਹੈਗੀ ਖੀਰੀ। ਖੀਰੀ ਬੱਚੀ? ਫਸਲ ਕਿੰਨਾ ਹੋਏਗਾ ਬੋਟੀਆਂ ਦਾ? ਡੇਢ ਮਣ ਹੋ ਜਾਏਗੀ ਬਸ ਬੋਟੀਆਂ ਦਾ, 1.5-2 ਮਣ। ਪੈਸੇ ਕਿੰਨੇ ਮੰਗੇ? ਪੈਸੇ 40। ਇਹ ਕਾਲੀ ਆ? ਹਾਂਜੀ। ਤੇ ਜੇ ਗੋਰੀ ਹੁੰਦੀ ਫੇਰ ਕਿੰਨੇ ਮੰਗਣੇ ਸੀ? ਫੇਰ ਇਹਦਾ ਮੰਗਣਾ ਸੀ ਫੇਰ ਹੀ 40 ਮੰਗਣਾ ਸੀ। ਕਾਲੀ ਗੋਰੀ 'ਚ ਫਰਕ ਤਾਂ ਹੁੰਦਾ ਯਾਰ, ਇਹ ਗੋਰੀ ਲੋਤੀ ਇਹਨਾਂ ਮੰਗਦਾ ਲਾ 46,000-48,000। ਵੇਖਿਆ ਫੇ ਰੰਗ ਨਾਲ ਫਰਕ ਪੈ ਜਾਂਦਾ ਨਾ? ਉਹ ਵੱਡੀ ਹੈਗੀ ਥੋੜੀ, ਇਸ ਲਈ ਇੱਕ ਕਾਲੀ ਇੱਕ ਗੋਰੀ ਆ। ਹਾਂਜੀ, ਇਹ ਕਾਲੀਆਂ ਖਲੋਦੇ ਨੇ ਇਹਨਾਂ ਦੇ ਵੇਖ ਲਓ। ਅੱਛਾ, ਇਹਦਾ ਕੀ ਰੇਟ ਆ? ਇਹਦਾ ਮੰਗਦਾ 52,000। ਇਹ ਵਾਵਾ ਮਾਸ਼ਾਅੱਲਾ। ਇਹਦਾ ਵਜ਼ਨ ਕਿੰਨਾ ਹੋਏਗਾ? ਇਹਦਾ 3 ਮਣ ਹੋਏ, 3.5-3 ਮਣ ਚਲੋ। ਅੱਛਾ, 3-3.5 ਮਣ। ਹਾਂਜੀ, ਇੱਕ ਉਹ ਵੱਡੀ ਖਲੋਦੀ ਹੋਈ ਇੱਕ। ਅੱਛਾ, ਤੇ ਇਹਦਾ ਕੀ ਮੰਗ ਰਹੇ ਆ? ਇਹਦਾ 52,000। ਵਪਾਰੀ ਆ ਪੱਕਾ ਜੀ? ਨੰਬਰ ਦੇਣਾ ਆਪਣਾ, ਕੋਈ ਫੋਨ ਆ ਜਾਵੇ ਤੈਨੂੰ? ਨੰਬਰ ਮੇਰਾ 0305। ਬੋਲੋ ਨਜ਼ਦੀਕ ਕਰਕੇ ਬੋਲੋ। 0305। ਹਾਂ। 63। ਹਾਂ ਹਾਂ। 69। ਹਾਂ। 455। 455। ਹਾਂ, ਇਹ ਵੀ ਤੁਹਾਡੀਆਂ ਨੇ? ਨਹੀਂ, ਇਹ ਉਹਨਾਂ ਦੀ ਗੱਡੀ ਹੈ, ਸਾਡੀ ਗੱਡੀ ਉਹਦਾ ਲੋਦੇ 33,000। ਚਲੋ ਠੀਕ ਹੋ ਗਿਆ ਸਰ, ਬੜੀ ਮਿਹਰਬਾਨੀ, ਸ਼ੁਕਰੀਆ। ਅਸਲਾਮ ਅਲੈਕੁਮ। ਅਸਲਾਮ ਅਲੈਕੁਮ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਨਾਮ ਆਪਣਾ? ਉਮੈਰ। ਇਹ ਨਜ਼ਦੀਕ ਕਰਕੇ ਬੋਲੋ ਜ਼ਰਾ। ਉਮੈਰ ਕਿੱਥੋਂ ਆਏ ਨੇ? ਮੀਆਂ ਚੰਨੂ ਤੋਂ। ਉਹ ਤੁਹਾਡੇ ਨਾਲ ਦੇ ਨੇ? ਹਾਂਜੀ। ਅੱਛਾ, ਉਹਨਾਂ ਨੂੰ ਪੁੱਛਿਆ ਮੈਂ ਗਿਆ, ਉਹਨਾਂ ਦਾ ਇੰਟਰਵਿਊ ਕੀਤਾ। ਇਹ ਕਿੰਨੇ ਜਾਨਵਰ ਲੈ ਕੇ ਆਏ ਨੇ? ਇਹ ਜਾਨਵਰ ਅਸੀਂ ਪਿੱਛੋਂ ਦਿਹਾਤ ਤੋਂ ਲਿਆਣਾ, ਮੰਡੀਆਂ 'ਚ। ਕਿੰਨੇ ਲੈ ਕੇ ਆਏ ਸੀ? ਕਿੰਨੇ ਜਾਨਵਰ? ਜਾਨਵਰ 12-13 ਲਾਉਂਦੇ ਨੇ। ਵਿਕਿਆ ਕੋਈ ਕਿ ਨਹੀਂ ਅਜੇ ਤੱਕ? ਆਏ। ਕਿਹੜੀ ਨਸਲ ਆ? ਇਹ ਸਹੀਵਾਲ ਦੀ। ਅੱਛਾ, ਇਹ ਸਹੀਵਾਲ ਆ। ਤੇ ਇਹਦਾ ਵਜ਼ਨ ਕਿੰਨਾ ਖੋਏਗਾ ਬੋਟੀਆਂ ਦਾ ਕੋਈ ਅੰਦਾਜ਼ਾ? ਵਜ਼ਨ ਤਾਂ ਬਾਹਰ ਨਹੀਂ ਲਿਆਉਂਦੇ, ਸਿਰ ਆਖੋ ਤੋਂ ਬਾਹਰ ਲਿਆਉਂਦੇ। ਅੱਛਾ, ਰਾਖ ਮੇ ਲਿਆਉਂਦੇ ਨੇ। ਉਮਰ ਕਿੰਨੀ ਕਿੰਨੀ ਆ? ਉਮਰ ਇਹਨਾਂ ਦੀ ਹੋਣੀ ਆ 2-2 ਸਾਲ। 2-2 ਸਾਲ। ਤੇ ਜੋੜੀ ਦਾ ਕੀ ਮੰਗ ਰਹੇ ਆ? ਜੋੜੀ ਦਾ 85,000। ਉਹ ਵੀ 85 ਮੰਗ ਰਿਹਾ, ਤੂੰ ਵੀ 85 ਮੰਗ ਰਿਹਾ? ਨਹੀਂ, ਮਸ਼ਵਰਾ ਕਰਕੇ ਆਏ? ਨਹੀਂ, ਉਹ ਮੇਰਾ ਭਾਈ ਹੈ ਨਾ। ਅੱਛਾ, ਉਹ ਭਾਈ ਹੈ। ਵੈਸੇ ਫਾਈਨਲ ਕਿੰਨੇ ਦੀ ਆ? ਹੈ? ਫਾਈਨਲ ਕਿੰਨੇ ਦੀ ਦੇਣੀ? ਇਹ ਫਾਈਨਲ ਇਹਨਾਂ ਨੂੰ 75 ਤੱਕ ਦੇ ਆ ਕੇ ਦੇ ਦੇਣ। 75? ਆ। ਸਹੀ, ਚਲੋ ਠੀਕ ਹੋ ਗਿਆ। ਇਹ ਦੋਸਤੋ ਜੁੜੀ ਹੈ ਇਹਨਾਂ ਦੀ, ਔਰ ਇਹਦਾ 85,000 ਮੰਗ ਰਹੇ ਨੇ। ਉਹ ਪਿਛਲੇ ਜਿਹੜੇ ਇਹਦੇ ਭਾਈ ਨੇ ਉਹ ਵੀ 85 ਮੰਗ ਰਹੇ ਸੀ। ਅਤੇ ਮਾਸ਼ਾਅੱਲਾ ਖੂਬਸੂਰਤ ਹੈ, ਅਤੇ ਅੱਗੇ ਚੱਲਦੇ ਹਾਂ ਹੋਰ ਦੋਸਤਾਂ ਨੂੰ ਮਿਲਦੇ।